ਬੀਤੇ ਦਿਨ ਲੁਧਿਆਣਾ ਚ ਇੱਕ ਢਾਬੇ ਤੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਫਾਇਰਿੰਗ ਵਿੱਚ 3 ਲੋਕ ਜ਼ਖਮੀ ਹੋ ਗਏ ਸਨ, ਜਿਸ ਤੇ ਲੁਧਿਆਣਾ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਚ ਕੁੱਲ 8 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਿਸ ਚ 3 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ, ਜਦਕਿ 5 ਹਾਲੇ ਵੀ ਫਰਾਰ ਹਨ। ਪ੍ਰੈਸ ਵਾਰਤਾ ਦੌਰਾਨ DCP ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਗੁਰਪ੍ਰੀਤ ਸਿੰਘ ਗੋਲਡ, ਜੋ ਕਿ DJ ਦਾ ਕੰਮ ਕਰਦਾ ਹੈ, ਢਾਬੇ ਤੇ ਖਾਣਾ ਖਾ ਰਿਹਾ ਸੀ। ਤਦ ਹੀ ਉਸਦਾ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਦੂਜੇ ਪਕਸ਼ ਨਾਲ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਉਹ ਦੂਜੇ ਪਕਸ਼ ਦੇ ਵੱਲੋਂ ਇਹਨਾਂ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ 'ਚ 3 ਲੋਕ ਜ਼ਖਮੀ ਹੋ ਗਏ ਸਨ। ਘਟਨਾ ਦੇ ਬਾਅਦ ਆਰੋਪੀ ਹਥਿਆਰਾਂ ਸਮੇਤ ਫਰਾਰ ਹੋ ਗਏ। ਆਰੋਪੀਆਂ ਦੀ ਪਹਿਚਾਣ ਕ੍ਰਿਸ਼ਨ ਸਾਨੀ ਉਰਫ ਲੱਡੂ, ਮਨਪ੍ਰੀਤਪਾਲ ਸਿੰਘ ਉਰਫ ਪੈਰੀ, ਧੀਰਜ ਕੁਮਾਰ ਉਰਫ ਕਾਕਾ ਦੇ ਰੂਪ ਵਜੋਂ ਹੋਈ ਹੈ। ਦੁਸਹਿਰੇ ਵਾਲੀ ਰਾਤ ਜਿਸ ਦਿਨ ਫੈਸਟੀਵਲ ਸੀ, ਉਸ ਰਾਤ ਇੱਕ ਥਾਣਾ ਮੋਤੀ ਨਗਰ ਦੇ ਸ਼ੰਕਰ ਢਾਬੇ ਤੇ ਇੱਕ ਸ਼ੂਟ ਆਊਟ ਹੋਈ ਸੀ, ਗੋਲੀ ਚੱਲਣ ਦੀ ਵਾਰਦਾਤ ਹੋਈ ਸੀ। ਉੱਥੇ ਇੱਕ ਲੜਕਾ ਗੋਲਡੀ, ਜੋ ਕਿ DJ ਦਾ ਕੰਮ ਕਰਦਾ, DJ ਚਲਾਉਣ ਦਾ ਕੰਮ ਕਰਦਾ, ਇਹ ਆਪਣੇ ਸਾਥੀਆਂ ਨਾਲ ਖਾਣਾ ਖਾ ਰਿਹਾ ਸੀ। ਔਰ ਉੱਥੇ ਹੀ ਹੋਰ ਗਰੁੱਪ 'ਚ ਕੁਛ ਲੜਕੇ 7-8 ਲੜਕੇ ਆਏ, ਤੋਂ ਆਪਸ 'ਚ ਹੀ ਕੁਛ ਉਹ ਸ਼ਰਾਰਤਾਂ ਜਿਵੇਂ ਕਰਦੇ ਤੇ ਇਹਨਾਂ ਦੇ ਉੱਪਰ ਗਿਰੇ, ਜਿਹੜੇ ਦੂਸਰੀ ਪਾਰਟੀ ਖਾਣਾ ਖਾ ਰਹੀ ਸੀਗੀ, ਜਿਹੜੇ ਪਹਿਲਾਂ ਤੋਂ ਉੱਥੇ ਬੈਠੇ ਸੀ, ਜਿਸ 'ਤੇ ਉਹਨਾਂ ਦਾ ਆਪਸ 'ਚ ਕਾਫੀ ਤਕਰਾਰ ਹੋਇਆ। ਔਰ ਤਕਰਾਰ ਹੋਣ 'ਤੇ ਨੌਬਤ ਇਹ ਆ ਗਈ ਕਿ ਇਸ ਗਰੁੱਪ ਨੇ ਜਿਹੜੇ ਬਾਅਦ 'ਚ ਆਏ ਸੀ, ਇਹਨਾਂ 'ਚੋਂ 2 ਲੜਕਿਆਂ ਨੇ ਆਪਣੇ ਪਿਸਟਲ ਕੱਢ ਕੇ, ਵੈਪਨ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਔਰ ਉਹਦੇ 'ਚ 3 ਲੋਕ ਉਦੋਂ ਇੰਜਰਡ ਹੋਏ ਅਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਫਾਇਰਿੰਗ ਕਰਦੇ ਹੋਏ। ਅਤੇ ਇਸ ਕੇਸ ਦੀ ਉਸ ਵਕਤ ਕਾਫੀ ਹਾਈਲਾਈਟ ਹੋਇਆ ਸੀ ਔਰ ਕਾਫੀ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਸੀਗਾ। ਅਤੇ ਇਸਦੇ 'ਚ ਸਾਡੀ CIA 2 ਔਰ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਜੁਆਇੰਟਲੀ ਬੜੀ ਐਫਰਟਸ ਕਰਦੇ ਹੋਏ, DSP Crime 2 ਔਰ DSP ਸਾਹਨੇ ਵਾਲੇ, ਇਹਨਾਂ ਨੇ ਵੀ ਇਹਦੇ 'ਚ ਕਾਫੀ ਮਿਹਨਤ ਕੀਤੀ ਔਰ ਉਦੋਂ ਕਰੈਕ ਕੀਤਾ ਇਸ ਗਰੁੱਪ ਨੂੰ, ਇਸ ਕੇਸ ਨੂੰ ਕਰੈਕ ਕੀਤਾ। ਇਹਨਾਂ ਵਿੱਚੋਂ ਮੇਨ 3 ਅਕਿਊਜ਼, ਟੋਟਲ ਇਹਦੇ ਵਿੱਚ 8 ਅਕਿਊਜ਼ ਸੀਗੇ, 3 ਅਕਿਊਜ਼ ਜਿਹੜੇ ਨੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਔਰ ਉਹਨਾਂ ਤੋਂ ਟੋਟਲ 3 ਵੈਪਨ ਰਿਕਵਰ ਹੋਏ ਨੇ, ਇੱਕ ਕੋਲੋਂ 2 ਪਿਸਟਲ ਅਤੇ ਇੱਕ ਕੋਲੋਂ 1 ਪਿਸਟਲ ਹੋਇਆ, ਜਿਹਨਾਂ ਨਾਲ ਟੋਟਲ 5 ਮੈਗਜ਼ੀਨਸ ਨੇ ਇਹਨਾਂ ਕੋਲ। ਅਤੇ ਬੜੀ ਅੱਛੀ ਕੁਆਲਿਟੀ ਦੇ ਵੈਪਨ ਸੀਗੇ ਜਦ ਇਹਦੇ ਫੜੇ ਗਏ ਨੇ, ਅਤੇ ਬਾਕੀ ਦੋਸ਼ੀ ਅਜੇ ਭੱਜੇ ਹੋਏ ਨੇ, ਉਹਨਾਂ ਨੂੰ ਫੜਨ ਲਈ ਵੀ ਪੁਲਿਸ ਸਾਰੇ ਪਾਸੇ ਇਹਨੇ ਰੇਡਸ ਕਰ ਰਹੀ ਹੈ, ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ। ਔਰ ਜਿੱਥੋਂ ਇਹਨਾਂ ਦਾ ਵੈਪਨ ਦਾ ਸੋਰਸ ਹੈ ਉਹਦੇ 'ਤੇ ਵੀ ਸਾਡੀਆਂ ਟੀਮਸ ਵਰਕ ਕਰ ਰਹੀਆਂ ਨੇ, ਉਹ ਵੀ ਅਸੀਂ ਉਹਨਾਂ ਨੂੰ ਵੀ ਫੜ ਕੇ ਜਿੱਥੋਂ ਇਹਨਾਂ ਨੇ ਵੈਪਨ ਪ੍ਰੋਕਿਓਰ ਕੀਤੇ ਨੇ ਉਸ ਨੈਟਵਰਕ ਨੂੰ ਵੀ ਬ੍ਰੇਕ ਕਰਾਂਗੇ। ਥੈਂਕ ਯੂ। ਵਾਰਦਾਤ ਰਾਤ ਨੂੰ ਮਿਡਨਾਈਟ ਹੋਈ ਹੈ ਜੀ, ਇਹ ਢਾਬਿਆਂ ਨੂੰ ਅਸੀਂ ਵੈਸੇ ਬੰਦ ਕਰਨ ਦਾ ਆਰਡਰ ਦਿੱਤਾ ਹੋਇਆ, ਫਿਰ ਪੁਲਿਸ ਪਾਰਟੀ 307 ਦਾ ਅਟੈਂਪਟ ਟੂ ਮਰਡਰ ਦਾ ਕੇਸ ਸੀ, ਇਹਦੇ 'ਚ ਬਿਜ਼ੀ ਹੋ ਗਈ। ਉਸ ਤੋਂ ਬਾਅਦ ਢਾਬੇ ਵਾਲੇ ਨੂੰ ਵੀ ਵਾਰਨਿੰਗ ਹੋਈ ਸੀ, ਉਹ ਦੁਬਾਰਾ ਨਹੀਂ ਖੋਲੇਗਾ, ਅਸੀਂ ਇਹ ਵੀ ਢਾਬਿਆਂ ਨੂੰ ਵੀ ਚੈੱਕ ਕਰਦੇ ਹਾਂ, ਕੋਈ ਲੇਟ ਨਹੀਂ ਖੋਲਣ। ਹਾਂਜੀ ਹਾਂਜੀ, ਸਾਰਿਆਂ ਨੂੰ ਕੀਤੇ ਹੋਏ ਨੇ ਉਹ, ਪਰ ਉਸ ਦਿਨ ਇੱਕ ਅਟੈਂਪਟ ਟੂ ਮਰਡਰ ਦੇ ਕੇਸ, ਉਸ ਸਾਰੀ ਫੋਰਸ ਸਾਡੀ ਉੱਧਰ ਬਿਜ਼ੀ, ਇਹਨਾਂ ਨੂੰ ਰੇਡਾਂ ਕਰ ਰਹੀ ਸੀ, ਢਾਬਿਆਂ ਵਾਲਿਆਂ ਨੂੰ ਵਾਰਨਿੰਗ ਕੀਤੀ ਹੋਈ, ਕੋਈ ਲੇਟ ਨਹੀਂ ਖੋਲਣਗੇ, ਚੈੱਕ ਕਰਦੇ ਹਾਂ। ਉਹ ਬੰਦ ਕਰਵਾ ਲਿਆ ਜੀ, ਸਾਰਿਆਂ ਨੂੰ ਬੰਦ ਕਰਵਾ ਰਹੇ, ਬੰਦ ਕਰਵਾ ਟ੍ਰੇਨ ਕੀਤਾ ਸਰ, ਰਾਤ ਨੂੰ 3-3, 4-4 ਵਜੇ ਉਹ ਓਪਨ ਨੇ, ਕਾਫੀ ਉੱਥੇ ਨਹੀਂ, ਬੰਦ ਕਰਵਾਉਂਦੇ ਹਾਂ, ਸਾਰਿਆਂ ਨੂੰ ਬੰਦ ਕਰਾਉਂਦੇ ਹਾਂ। ਇੰਸਟਰਕਸ਼ਨ ਦਿੱਤੀਆਂ ਜਿਹਨਾਂ ਦਾ ਵੀ ਏਰੀਆ ਪੈਂਦਾ ਸਾਰਿਆਂ, ਅਸੀਂ ਉਹਨਾਂ ਨੂੰ ਪ੍ਰੋਪਰ, ਜੇ ਤੁਹਾਡੇ ਨੋਟਿਸ ਵੀ ਕੋਈ ਹੈ ਜੋ ਦੱਸਿਓ, ਉਹਨਾਂ ਵੀ ਬੰਦ ਕਰਵਾ ਦਾਂਗੇ, ਨਹੀਂ ਲੇਟ ਨਹੀਂ ਕੋਈ ਖੁੱਲ੍ਹਦਾ। ਹਾਂਜੀ, ਲੋਕਲ ਮੇਡ। ਤਿੰਨ ਵੈਪਨ। ਹਾਂਜੀ, ਲੋਕਲ ਮੇਡ। ਤਿੰਨ ਵੈਪਨ, ਇੱਕ ਤੇ ਪਹਿਲਾਂ NDPS ਦਾ ਕੇਸ ਰਜਿਸਟਰ ਹੈ, ਬਾਕੀਆਂ ਦਾ ਜੇ ਅਸੀਂ ਦੇਖ ਰਹੇ ਹਾਂ। ਬੁਲਾਨ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।